ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਓਰਨਾਮੈਂਟਸ ਬਾਰੇ ਗੱਲ ਕਰਨੀ ਹੈ। ਮੈਨੂੰ ਕਮੈਂਟ ਆਇਆ ਸੀ ਕਿ ਸਰ ਓਰਨਾਮੈਂਟਸ 'ਤੇ ਵੀਡੀਓ ਬਣਾਓ ਇੱਕ, ਤਾਂ ਪਾਰਟ 1 ਅਤੇ ਪਾਰਟ 2 ਅਤੇ ਓਬਵੀਅਸਲੀ ਪਾਰਟ 3 ਵੀ ਆ ਸਕਦਾ ਜੇ ਕੰਪਲੀਟ ਨਾ ਹੋਇਆ, ਤਾਂ ਪਾਰਟ 3 ਦੇ ਵਿੱਚ ਡੈਫੀਨੇਟਲੀ ਕੰਪਲੀਟ ਹੋ ਜੂਗਾ। ਤਾਂ ਓਰਨਾਮੈਂਟਸ ਬਾਰੇ ਜਿਵੇਂ PSSSB ਦਾ ਪੇਪਰ ਹੋਇਆ ਸੀਗਾ 8 ਅਪ੍ਰੈਲ ਨੂੰ, ਉਹਦੇ ਵਿੱਚ ਵੀ ਆਇਆ ਸੀ, 6 ਮਈ ਨੂੰ ਪੇਪਰ ਹੋਣ ਵਾਲਾ ਉਹਦੇ ਵਿੱਚ ਵੀ ਆ ਸਕਦਾ। PPSC ਦਾ ਵੀ ਪੇਪਰ ਆ, ਜੇਕਰ ਪੰਜਾਬ GK ਦੇ ਕੁਸ਼ਚਨ ਆਉਂਦੇ ਤਾਂ 100% ਸ਼ਿਓਰਟੀ ਹੈ ਕਿ ਤੁਹਾਨੂੰ ਓਰਨਾਮੈਂਟਸ ਦੇ ਕੁਸ਼ਚਨ ਆਊਗਾ ਹੀ ਆਊਗਾ। ਤਾਂ ਜਿੰਨੇ ਵੀ ਓਰਨਾਮੈਂਟਸ ਸੀ ਸਾਰੇ ਮੈਂ ਇਕੱਠੇ ਕਰ ਲਿਆ, ਠੀਕ ਹੈ, ਤੁਹਾਡੇ ਸਾਹਮਣੇ ਆਉਣਗੇ। ਹੁਣ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਬੈਲ ਆਈਕਨ ਦੱਬ ਦਿਓ ਕਰੋ ਤਾਂ ਕਿ ਤੁਹਾਨੂੰ ਹਰ ਕੋਈ ਨੋਟੀਫਿਕੇਸ਼ਨ ਮਿਲ ਸਕੇ। ਫੇਸਬੁੱਕ ਹੈ, ਟੈਲੀਗ੍ਰਾਮ ਆ, ਤੁਸੀਂ ਉਹ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ 'ਤੇ PDF ਵਗੈਰਾ ਮੈਂ ਅਵੇਲੇਬਲ ਕਰਵਾ ਦਿੰਦਾ ਹੁੰਦਾ, ਠੀਕ ਹੈ। ਅਤੇ ਟੈਲੀਗ੍ਰਾਮ ਸੋਰੀ ਫੇਸਬੁੱਕ ਆ, ਜਿਹੜਾ ਫੇਸਬੁੱਕ ਦਾ ਪੇਜ ਵੀ ਤੁਸੀਂ ਲਾਈਕ ਕਰ ਸਕਦੇ ਹੋ, ਅਤੇ ਕੋਈ ਵੀ ਆਪਦੀ ਪਰਸਨਲ ਕੁਐਰੀ ਵਗੈਰਾ ਮੈਨੂੰ ਮੈਸੇਜ ਕਰ ਸਕਦੇ ਹੋ, ਠੀਕ ਹੈ। ਤਾਂ ਚਲੋ ਹੁਣ ਆਪਾਂ ਓਰਨਾਮੈਂਟਸ ਦਾ ਪਹਿਲਾ ਪਾਰਟ ਸਟਾਰਟ ਕਰਨ ਜਾ ਰਹੇ ਹਾਂ। ਬੇਸਿਕਲੀ ਜਦੋਂ ਵੀ ਆਪਾਂ ਕਿਸੇ ਚੀਜ਼ ਬਾਰੇ ਪੜ੍ਹਨਾ ਹੁੰਦਾ, ਉਹਦੀ ਯੂਜ਼ ਕੀ ਆ, ਉਹਦਾ ਕਿੱਥੋਂ ਆਇਆ, ਕਿਵੇਂ ਆਇਆ, ਤਾਂ ਉਹਦੇ ਬਾਰੇ ਪੜ੍ਹਨਾ ਪਹਿਲਾਂ ਜ਼ਰੂਰੀ ਹੋ ਜਾਂਦਾ। ਫਿਰ ਆਪਾਂ ਇਕੱਲੇ ਇਕੱਲੇ ਅੰਕ ਬਾਰੇ, ਜਿਹੜਾ ਇਕੱਲੇ ਇਕੱਲੇ ਓਰਨਾਮੈਂਟ ਬਾਰੇ ਆ ਪੜ੍ਹਾਂਗੇ, ਠੀਕ ਹੈ। ਓਰਨਾਮੈਂਟਸ ਆਫ ਗ੍ਰੇਟ ਡਾਇਵਰਸਿਟੀ ਫਾਊਂਡ ਫਰੋਮ ਆਰਕਿਓਲੋਜੀਕਲ ਸਾਈਟਸ ਮੇਕ ਏ ਫੈਸੀਨੇਟਿੰਗ ਸਟੱਡੀ। ਵੀ ਕਮ ਅਕਰੋਸ ਸੈਵਰਲ ਪੀਸਿਸ ਆਫ ਏਅਰ ਓਰਨਾਮੈਂਟਸ ਵਿੱਚ ਕੈਨ ਬੀ ਡਿਵਾਈਡਡ ਅੰਡਰ ਸੈਵਰਲ, ਜਿਵੇਂ ਹੋ ਗਏ ਏਅਰ ਟਿਪਸ ਹੋ ਗਏ, ਏਅਰ ਸਟੱਡਸ ਹੋ ਗਏ, ਏਅਰ ਡ੍ਰੋਪਸ ਹੋ ਗਏ, ਈਅਰਿੰਗਸ ਹੋ ਗਏ, ਏਅਰ ਪੈਂਡੈਂਟਸ ਹੋ ਗਏ, ਠੀਕ ਹੈ। ਬੈਂਗਲਸ ਹੈਵ ਬੀਨ ਫਾਊਂਡ ਇਨ ਪਰਟੀਕੁਲਰਲੀ ਆਲ ਮਟੀਰੀਅਲਸ ਨੋਨ ਟੂ ਦਾ ਪੀਪਲ ਆਫ ਦਾ ਹੜੱਪਾ ਸਿਵਿਲਾਈਜੇਸ਼ਨ। ਬੇਸਿਕਲੀ ਜਿਹੜੇ ਓਰਨਾਮੈਂਟਸ ਹੈ ਨਾ, ਓਰਨਾਮੈਂਟਸ ਸਟਾਰਟਿੰਗ ਤੋਂ ਚੱਲਦੇ ਆ ਰਹੇ, ਜਦੋਂ ਵੀ ਆਪਣੇ ਇੰਡਸ ਵੈਲੀ ਸਿਵਿਲਾਈਜੇਸ਼ਨ ਹੜੱਪਾ ਸਿਵਿਲਾਈਜੇਸ਼ਨ, ਉਦੋਂ ਹੀ ਇਹ ਸ਼ਿੰਗਾਰ ਵਾਸਤੇ, ਡੈਕੋਰੇਸ਼ਨ ਵਾਸਤੇ ਵਰਤੇ ਜਾਂਦੇ ਸੀ, ਆਪਣੇ ਆਪ ਨੂੰ ਸੁਹੱਪਣ ਵਾਸਤੇ ਵਰਤੇ ਜਾਂਦੇ ਸੀ, ਠੀਕ ਹੈ। ਤਾਂ ਕੋਈ ਵੀ ਆਪਣਾ ਸਿਰ ਹੈੱਡ ਹੋ ਗਿਆ ਆਪਣੇ, ਹੈ ਨਾ, ਕੋਈ ਵੀ ਅੰਗ ਆ, ਯਾਨੀ ਕਿ ਆਪਣੇ ਹੱਥ ਹੋ ਗਏ, ਗਲਾ ਹੋ ਗਿਆ, ਨੈੱਕ, ਹੈ ਨਾ, ਰਿਸਟ, ਜੋ ਵੀ ਹੈ, ਜਿੱਥੇ ਵੀ ਆਪਣੇ, ਯਾਨੀ ਕਿ ਜਿਹਨੂੰ ਆਪਾਂ ਸੁਹੱਪਣ ਕਹਿ ਦਿੰਦੇ ਹਾਂ, ਸੁਹੱਪਣ ਵਾਸਤੇ ਆਪਾਂ ਸੋਹਣਾ ਬਣਾਉਣ ਵਾਸਤੇ ਆਪਾਂ ਜਿਹੜੇ ਓਰਨਾਮੈਂਟਸ ਦਾ ਯੂਜ਼ ਕਰਦੇ ਹਾਂ। ਹੈੱਡ ਐਂਡ ਨੈੱਕ ਓਰਨਾਮੈਂਟਸ ਆਫ ਗੋਲਡ, ਜਿਵੇਂ ਗੋਲਡ ਦੇ ਸਿਲਵਰ ਐਂਡ ਬ੍ਰੌਂਜ, ਇਨਕਲੂਡਿੰਗ ਗ੍ਰੀਨ ਜੈਸਪਰ ਐਂਡ ਬਰਨਟ ਸਟੀਟਾਈਟ ਹੈਵ ਆਲਸੋ ਬੀਨ ਫਾਊਂਡ, ਠੀਕ ਹੈ। ਤਾਂ ਓਰਨਾਮੈਂਟਸ ਆ ਬੇਸਿਕਲੀ, ਇਹਨਾਂ ਬਾਰੇ ਆਪਾਂ ਇੱਕ ਓਵਰਵਿਊ ਜਿਹਾ ਲੈਣਾ ਸੀਗਾ। ਇਸ ਤੋਂ ਬਾਅਦ ਹੁਣ ਆਪਾਂ ਇਕੱਲੇ ਇਕੱਲੇ ਅੰਗ ਬਾਰੇ, ਜਿਹੜੇ ਪੰਜਾਬ ਕਲਚਰ ਦੇ ਵਿੱਚ ਖਾਸ ਕਰਕੇ ਸੀਗੇ, ਠੀਕ ਹੈ, ਉਹਨਾਂ ਓਰਨਾਮੈਂਟਸ ਬਾਰੇ ਪੜ੍ਹਨਾ ਗਾ। ਪੰਜਾਬ ਕਲਚਰ, ਪੰਜਾਬ GK ਦੇ ਵਿੱਚ ਡੈਫੀਨੇਟਲੀ ਕੁਸ਼ਚਨ ਜਿਹੜਾ ਮਿਲਦਾ ਹੀ ਹੈ, ਠੀਕ ਹੈ। ਤਾਂ ਚਲੋ ਆਪਾਂ ਹੁਣ ਸਟਾਰਟ ਕਰਦੇ ਹਾਂ। ਹੈੱਡ ਓਰਨਾਮੈਂਟਸ, ਤਾਂ ਹੈੱਡ ਓਰਨਾਮੈਂਟਸ ਕੀ ਹੈ? ਹੈੱਡ ਓਰਨਾਮੈਂਟਸ ਯਾਨੀ ਕਿ ਜਿਵੇਂ ਕਿ ਜਿਹੜੇ ਸਿਰ ਦੇ ਉੱਤੇ ਜਾਂਦਾ, ਹੈ ਨਾ, ਪੱਗ ਹੈ, ਪੱਗ, ਉਹਦੇ ਓਰਨਾਮੈਂਟਸ ਵਗੈਰਾ ਜਿਹੜੇ ਵਰਤੇ ਜਾਂਦੇ ਉਹਨਾਂ ਵਾਸਤੇ। ਮੈਨਸ, ਆਪਣੇ ਪਹਿਲਾਂ ਮੈਨ ਦੀ ਗੱਲ ਕਰੀਏ ਤਾਂ ਸਰਪੇਸ਼, ਸਰਪੇਸ਼ ਵੀ ਕਹਿੰਦੇ, ਸਰਪੇਸ਼ ਵੀ ਕਹਿੰਦੇ। ਦ ਜਵੈਲਡ ਐਗਰਿਟ ਵੋਰਨ ਇਨ ਫਰੰਟ ਆਫ ਦ ਟਰਬਨ, ਤਾਂ ਟਰਬਨ ਦੀ ਫਰੰਟ 'ਤੇ ਜਿਹੜਾ ਹੁੰਦਾ ਹੈ ਸਰਪੇਚ, ਇਹ ਮੇਰੇ ਹਿਸਾਬ ਨਾਲ ਪਤਾ ਹੋਊਗਾ, ਸਾਰਿਆਂ ਨੂੰ ਪਤਾ ਹੋਊਗਾ, ਪੰਜਾਬ ਦੇ ਕਾਫੀ ਮਸ਼ਹੂਰ ਆ, ਕਿਉਂਕਿ ਜਿਹੜੇ ਕੋਮਨ ਆ ਉਹ ਤਾਂ ਤੁਹਾਨੂੰ ਪਤਾ ਹੀ ਹੋਣਗੇ। ਜਿਹੜੇ ਅਨਕੋਮਨ ਜਾਂ ਜਿਹੜੇ ਪੁਰਾਣੇ, ਯਾਨੀ ਕਿ ਜਿਹੜਾ ਕਹਿ ਸਕਦੇ ਤੁਸੀਂ ਅਲੋਪ ਵੀ ਹੋ ਗਏ, ਜਾਂ ਇਹ ਕਹਿ ਸਕਦੇ ਹੋ ਵੀ ਜਿਹੜੇ ਬਹੁਤ ਪੁਰਾਣੇ ਟਾਈਮ 'ਤੇ ਵਰਤੇ ਜਾਂਦੇ ਸੀ, ਉਹਨਾਂ ਬਾਰੇ ਪੇਪਰਾਂ ਦੇ ਵਿੱਚ ਆਉਂਦਾ ਹੁੰਦਾ, ਫਿਰ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ। ਚਲੋ ਸਰਪੇਸ਼ ਹੋ ਗਿਆ, ਠੀਕ ਹੈ, ਅਤੇ ਕੁਟਬਲੀਦਾਰ ਹੋ ਗਿਆ। ਕੁਟਬਲੀਦਾਰ ਵੀ ਇੱਕ ਤਰ੍ਹਾਂ ਦਾ ਇੱਕ ਅੰਡਾਕਾਰ ਜਿਹਾ ਹੁੰਦਾ ਹੈਗਾ ਪੱਗ ਦੇ ਉੱਤੇ, ਤੁਸੀਂ ਦੇਖਿਆ ਹੋਊਗਾ ਜਦੋਂ ਪੱਗ ਦੇ ਉੱਤੇ ਜਿਹੜਾ ਕਲਗੀ ਹੁੰਦੀ, ਕਲਗੀ ਦੇ ਨਾਲ ਇੱਕ ਅੰਡਾਕਾਰ ਸ਼ੇਪ ਨਾਲ ਬਣੀ ਹੁੰਦੀ ਹੈ, ਐਂਡ ਓਵਲ ਪੇਡੈਂਟ ਵੋਰਨ ਓਵਰ ਦਾ ਫੋਰਹੈਡ, ਠੀਕ ਹੈ, ਮੱਥੇ ਦੇ ਉੱਪਰ ਕਹਿ ਸਕਦੇ ਹੋ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਕਲਗੀ ਆ ਗਈ, ਕਲਗੀ ਪਲਿਊਮੇਨ, ਜਿਵੇਂ ਖੰਭਾਂ ਦੀ ਤਰ੍ਹਾਂ ਕਲਗੀ, ਠੀਕ ਹੈ, ਕਲਗੀ ਤਰ੍ਹਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਨਾਲ ਇਹ ਮਸ਼ਹੂਰ ਵੀ ਹੈ ਕਲਗੀ, ਠੀਕ ਹੈ। ਤਾਂ ਪਲਿਊਮ ਔਨ ਜਵੈਲਡ ਸੈਟਿੰਗ, ਠੀਕ ਹੈ, ਤਾਂ ਇੱਕ ਤਰ੍ਹਾਂ ਦੇ ਖੰਭਾਂ ਦੀ ਲਾਈਕ ਸਟਰਕਚਰ ਹੁੰਦੀ ਹੈਗੀ ਕਲਗੀ, ਠੀਕ ਹੈ। ਮੁਕਟ, ਮੁਕਟ ਹਿੰਦੂਆਂ ਦੇ ਵਿੱਚ ਵਰਤਿਆ ਜਾਂਦਾ ਜਦੋਂ ਵੀ ਵਿਆਹ ਵਗੈਰਾ ਜਿਹੜੇ ਤਾਂ ਸਿਰ ਦੇ ਵਿੱਚ ਪਾਉਂਦੇ, ਸਿਰ ਦੇ ਉੱਤੇ ਪਾਉਂਦੇ ਹੁੰਦੇ ਹਨ, ਤਾਂ ਉਹਨੂੰ ਮੁਕਟ ਕਹਿੰਦੇ ਆ, ਜਾਂ ਉਹਨੂੰ ਮੁਠਕ ਵੀ ਕਹਿ ਦਿੰਦੇ ਆ, ਮੁਠਕ, ਠੀਕ ਹੈ। ਤਾਂ ਮੁਠਕ ਵੀ ਕਹਿ ਦਿੰਦੇ ਆ, ਮੁਕਟ ਵੀ ਕਹਿ ਦਿੰਦੇ ਆ, ਇਹ ਹੈੱਡ ਡਰੈਸ ਵੋਰਨ ਬਾਏ ਹਿੰਦੂਜ਼ ਐਂਡ ਵੈਡਿੰਗ। ਅਤੇ ਅੱਛਾ, ਉਸ ਤੋਂ ਬਾਅਦ ਆ ਗਿਆ ਤੁਰਲਾ ਈ ਅਮਰਵੇਡ, ਵੈਸੇ ਇਹਦਾ ਸੈਂਟੀਫਿਕ ਨੇਮ ਆ, ਆਪਾਂ ਤੁਰਲਾ ਵੀ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ। ਤੁਰਲਾ ਤਾਂ ਖੈਰ ਉਹ ਝੁੰਮਰ ਟਾਈਪ, ਉਹ ਅਲੱਗ ਆ ਜਾਂਦਾ ਗਾ ਉਹ, ਠੀਕ ਹੈ, ਬਟ ਇਹ ਸਿਰ ਦੇ ਪੱਗ ਦੇ ਉੱਤੇ ਹੁੰਦਾ ਗਾ, ਪੱਗ ਦੇ ਉੱਤੇ, ਠੀਕ ਹੈ। ਅਤੇ ਇੱਕ ਤਾਂ ਆਪਾਂ ਤੁਰਲਾ ਛੱਡਦੇ ਹੁੰਦੇ ਹਾਂ, ਇੱਕ ਉੱਤੇ ਡਿਜ਼ਾਈਨਦਾਰ ਬਣਿਆ ਹੁੰਦਾ ਗਾ ਪਰਲ ਦਾ, ਠੀਕ ਹੈ ਨਾ। ਤਾਂ ਉਹ ਟੈਸਲਸ ਆਫ ਪਰਲ ਵੋਰਨ ਔਨ ਦਾ ਟਰਬਨ, ਠੀਕ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਤੁਰਲਾ ਈ ਮਰਵਰੇ, ਠੀਕ ਹੈ। ਇਸ ਤੋਂ ਬਾਅਦ ਵੂਮੈਨਸ ਦੀ ਗੱਲ ਕਰੀਏ, ਤਾਂ ਵੂਮੈਨਸ ਜਿਹੜੇ ਓਰਨਾਮੈਂਟਸ ਵਰਤਦੀਆਂ, ਜਿਵੇਂ ਕਿ ਸੀਸ ਫੁੱਲ, ਇਹਨੂੰ ਚੌਂਕ ਵੀ ਕਹਿੰਦੇ, ਚੋਟੀ ਦਾ ਫੁੱਲ ਵੀ ਕਹਿੰਦੇ, ਚੋਟੀ ਫੁੱਲ ਕਹਿੰਦੇ ਆ, ਠੀਕ ਹੈ। ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ, ਜਿਵੇਂ ਕਿ ਉਹ ਕਿਹੜਾ ਹੁੰਦਾ ਗਾ ਫੁੱਲ, ਇੱਕ ਚੰਦਰਮੁਖੀ, ਚੰਦਰਮੁਖੀ ਵਰਗਾ ਫੁੱਲ ਹੁੰਦਾ, ਗੋਲਡ ਆ, ਉਵੇਂ ਠੀਕ ਹੈ, ਐਵੇਂ ਲਾਈਕ ਸਟਰਕਚਰ ਹੁੰਦੀ ਆ ਉਹਦੀ, ਠੀਕ ਹੈ। ਤਾਂ ਉਹ ਇਹ ਰਾਊਂਡ ਬੋਸ ਵੋਰਨ ਔਨ ਦਾ ਹੇਅਰ ਓਵਰ ਦਾ ਫੋਰਹੈੱਡ, ਇਟ ਇਜ਼ ਕੱਟ ਔਰ ਇੰਟੈਂਡਡ ਸੋ ਐਜ਼ ਰਿਜੈਂਬਲ ਏ ਗੋਲਡ ਫਲਾਵਰ ਲਾਈਕ
ਕ੍ਰਿਜੈਂਥੇਮਮ ਕ੍ਰਿਜੈਂਥੇਮਮ ਕੀ ਹੁੰਦਾ ਗਾ? ਕ੍ਰਿਜੈਂਥੇਮਮ ਇੱਕ ਤਰ੍ਹਾਂ ਦਾ ਪਲਾਂਟ ਹੀ ਹੈ, ਕਿਤੇ ਤੁਸੀਂ ਸਰਚ ਮਾਰ ਕੇ ਦੇਖਿਓ ਨੈੱਟ 'ਤੇ, ਕ੍ਰਿਜੈਂਥੇਮਮ ਤੁਹਾਨੂੰ ਮਿਲ ਜੂਗਾ। ਆਹ ਲਾਈਕ ਸਟਰਕਚਰ ਹੁੰਦੀ ਹੈ ਇਹਦੀ, ਸੂਰਜਮੁਖੀ ਕਹਿ ਸਕਦੇ ਹੈ ਨਾ, ਉਹਦੇ ਲਾਈਕ ਸਟਰਕਚਰ ਹੁੰਦੀ ਹੈ ਇਹਦੀ, ਠੀਕ ਹੈ। ਤਾਂ ਬਾਕੀ ਗੁੱਸਾ ਨਾ ਕਰ ਜਿਓ, ਕਿਉਂਕਿ ਕੁੜੀਆਂ ਨੂੰ ਜ਼ਿਆਦਾ ਪਤਾ ਹੋਊਗਾ ਇਹਨਾਂ ਬਾਰੇ, ਠੀਕ ਹੈ, ਜਿਹੜੀਆਂ ਯੂਜ਼ ਕਰਦੇ ਹਾਂ, ਯਾਨੀ ਕਿ ਜਿਹਨਾਂ ਨੂੰ ਪਤਾ ਹੋਊਗਾ। ਤਾਂ ਮੈਂ ਲਾਈਕ ਆਪਾਂ ਤਾਂ ਬਸ ਪੇਪਰ ਕੱਢਣਾ ਗਾ ਉਹਦੇ, ਮੈਂ ਰਿਗਾਰਡਿੰਗ ਪੜ੍ਹਾ ਰਿਹਾ, ਠੀਕ ਹੈ। ਤਾਂ ਬਾਕੀ ਇਹਦੀ ਇੰਨੀ, ਕਿਉਂਕਿ ਡੀਪ ਨੌਲੇਜ ਹੋਣੀ ਜਿਹੜੀ ਔਰਨਾਮੈਂਟਸ ਬਾਰੇ ਆ, ਠੀਕ ਹੈ, ਉਹ ਔਰਤਾਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਲੇਡੀਜ਼ ਨੂੰ ਜ਼ਿਆਦਾ ਪਤਾ ਹੁੰਦਾ। ਬੀਬੀਆਂ ਭੈਣਾਂ ਗੁੱਸਾ ਨਾ ਕਰ ਜਿਓ ਭਾਈ, ਠੀਕ ਹੈ, ਮੈਂ ਕੋਈ ਤੁਹਾਡੇ ਵਿਰੁੱਧ ਨਹੀਂ ਹੈਗਾ, ਪਰ ਹਾਂ ਜਿੰਨਾ ਕੁ ਆਪਾਂ ਨੂੰ ਲੋੜ ਆ, ਕਿਉਂਕਿ ਮੁੰਡਿਆਂ ਨੂੰ ਵਿਚਾਰਿਆਂ ਨੂੰ ਘੱਟ ਪਤਾ ਹੁੰਦਾ ਗਾ ਇਹਨਾਂ ਬਾਰੇ, ਤਾਂ ਉਹ ਆਪਾਂ ਨੂੰ ਲੋੜ ਆ ਪੇਪਰ ਦੇ ਰਿਗਾਰਡਿੰਗ, ਤਾਂ ਆਪਾਂ ਪੜ੍ਹ ਲੈਣਾ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਮੌਲੀ। ਮੌਲੀ ਕੀ ਹੁੰਦਾ ਗਾ? ਮੌਲੀ ਇਹ ਲੌਂਗ ਚੇਨ ਮੇਡ ਆਫ ਰੋਜ਼। ਮੌਲੀ ਵੈਸੇ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ, ਜੇ ਖੰਭਣੀ ਹੁੰਦੀ ਨਾ, ਖੰਭਣੀ ਆਪਾਂ ਗੁੱਟ 'ਤੇ ਖੰਭਣੀ ਬੰਨਦੇ ਹਾਂ, ਉਸੇ ਤਰ੍ਹਾਂ ਲਾਈਕ ਥਰੈਡ ਲਾਈਕ ਸਟਰਕਚਰ ਹੁੰਦੀ ਹੈਗੀ ਜਿਹੜੀ ਮੌਲੀ, ਆਪਾਂ ਇਹ ਫੋਰ ਰੈਡ, ਯਾਨੀ ਕਿ ਸਿਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ, ਸਿਰ ਦੇ ਉੱਤੇ ਇਹ ਲਾਈਕ ਸਟਰਕਚਰ ਬਣਦੀ ਹੈਗੀ, ਠੀਕ ਹੈ, ਤਾਂ ਉਹਨੂੰ ਕਹਿੰਦੇ ਆ ਮੌਲੀ, ਠੀਕ ਹੈ। ਵੈਸੇ ਖੰਭਣੀ ਲਾਈਕ ਸਟਰਕਚਰ ਹੁੰਦੀ ਹੈ, ਖੰਭਣੀ ਜਿਹੜੀ ਗੁੱਟ 'ਤੇ ਬੰਨ ਦਿੰਦੇ ਹਾਂ। ਇਹ ਲੌਂਗ ਚੇਨ ਮੇਡ ਆਫ ਰੋਜ਼ ਆਫ ਪਰਲਸ ਸੈਪਰੇਟਡ ਬਾਈ ਜਵੈਲਡ ਸਟੱਡਸ ਅਬਾਊਟ 8 ਇੰਚਿਸ ਲੌਂਗ ਹੈਂਗਿੰਗ ਫਰੋਮ ਦਾ ਹੈੱਡ ਔਨ ਵਨ ਸਾਈਡ, ਠੀਕ ਹੈ। ਤਾਂ ਮੌਲੀ ਉਹ ਚੀਜ਼ ਹੁੰਦੀ ਹੈ, ਲਾਈਕ ਸਟਰਕਚਰ ਐਵੇਂ ਜਿਹੀ ਬਣ ਜਾਂਦੀ ਹੁੰਦੀ ਹੈ ਸਿਰ ਦੇ ਉੱਤੇ, ਤੁਸੀਂ ਦੇਖਿਆ ਹੋਊਗਾ, ਠੀਕ ਹੈ। ਇਸ ਤੋਂ ਬਾਅਦ ਸਰਮਾਂਗ। ਸਰਮਾਂਗ ਤਾਂ ਜਿਹੜੇ ਹਿੰਦੂ ਫੈਮਲੀਆਂ ਦੇ ਵਿੱਚ ਜਦੋਂ, ਮਤਲਬ ਜਿਹੜੀ ਮਾਂਗ ਆਪਾਂ ਕਹਿੰਦੇ ਹਾਂ, ਉਹਨੇ ਮਾਂਗ ਭਰਦੇ ਆ, ਤਾਂ ਉਹ ਮਾਂਗ ਦੀ ਜਗ੍ਹਾ 'ਤੇ ਵੀ ਇੱਕ ਤਰ੍ਹਾਂ ਦਾ ਸ਼ਿੰਗਾਰ ਜਿਹਾ ਹੁੰਦਾ ਗਾ, ਜਿਹਨੂੰ ਆਪਾਂ ਸਿਰਮਾਂਗ ਕਹਿੰਦੇ ਹਾਂ, ਐਵੇਂ ਲਾਈਕ ਸਟਰਕਚਰ ਹੁੰਦੀ ਹੈਗੀ, ਠੀਕ ਹੈ, ਤਾਂ ਸਿਰਮਾਂਗ, ਠੀਕ ਹੈ। ਇਸ ਤੋਂ ਬਾਅਦ ਜੇ ਗੱਲ ਕਰੀ ਜਾਵੇ ਤਾਂ ਔਰਨਾਮੈਂਟਸ ਵੋਰਨ ਔਨ ਦਾ ਫੋਰਹੈੱਡ, ਉਹ ਤਾਂ ਸੀਗਾ ਓਵਰ ਦਾ ਫੋਰਹੈੱਡ, ਆਪਣੇ ਓਵਰ ਕਹਿ ਸਕਦੇ, ਓਵਰ ਦਾ ਹੈੱਡ, ਯਾਨੀ ਕਿ ਜਿਹੜਾ ਪੂਰੇ ਸਿਰ ਦੇ ਉੱਤੇ ਜਿਹਨੂੰ ਕਹਿ ਸਕਦੇ ਆਪਾਂ ਢੱਕਿਆ ਜਾ ਸਕਦਾ, ਔਨ ਦਾ ਫੋਰਹੈੱਡ ਮੱਥੇ 'ਤੇ ਆ ਗਿਆ, ਠੀਕ ਹੈ। ਤਾਂ ਬਾਏ ਵੂਮੈਨ ਓਨਲੀ ਇਹ ਜਿਹੜੀਆਂ ਹੁੰਦੀਆਂ ਗਿਆ, ਜਿਵੇਂ ਕਿ ਦਮਣੀ ਜਾਂ ਦੌਣੀ ਕਹਿ ਸਕਦੇ ਹੋ ਤੁਸੀਂ, ਠੀਕ ਹੈ। ਫਰਿੰਜ ਹੈਂਗਿੰਗ ਔਨ ਦਾ ਫੋਰਹੈੱਡ ਔਨ ਆਈਦਰ ਸਾਈਡ ਆਫ ਦਾ ਫੇਸ, ਸਮ ਆਫ ਦੀਜ਼ ਆਰ ਰਿਚਲੀ ਜਵੈਲ, ਠੀਕ ਹੈ। ਤਾਂ ਇਹ ਇੱਕ ਤਰ੍ਹਾਂ ਦੀ ਕਹਿ ਸਕਦੇ ਹੋ ਤੁਸੀਂ ਮੱਥੇ 'ਤੇ ਵਰਤਣ ਵਾਲੀ ਹੁੰਦੀ ਹੈ, ਠੀਕ ਹੈ, ਮੱਥੇ 'ਤੇ ਯੂ ਔਰਨਾਮੈਂਟ, ਯਾਨੀ ਕਿ ਸ਼ਿੰਗਾਰ ਵਾਸਤੇ ਵਰਤਿਆ ਜਾਂਦਾ ਗਾ। ਟਿੱਕਾ ਕਸ਼ਕਾ, ਟਿੱਕਾ ਨੂੰ ਕਸ਼ਕਾ ਵੀ ਕਹਿੰਦੇ, ਕਸ਼ਕ ਟਿੱਕਾ ਟਿੱਕਾ, ਸੇ ਸਮਾਲ ਔਰਨਾਮੈਂਟ ਔਨ ਦਾ ਫੋਰਹੈੱਡ ਵਿੱਚ ਹੈਂਗਸ ਫਰੋਮ ਦੀ ਮਿਡਲ ਔਨ ਦਾ ਹੈੱਡ ਆਫ ਦੀ ਫੋਰਹੈੱਡ ਵਿਦ ਚੇਨ, ਠੀਕ ਹੈ, ਚੇਨ ਲਾਈਕ ਸਟਰਕਚਰ ਹੁੰਦੀ ਹੈ, ਠੀਕ ਹੈ। ਚੰਦ ਬਿਨਾਂ ਚੰਦਰਮਾ ਜਿਹਾ ਬਣਿਆ ਹੁੰਦਾ ਇੱਕ ਤਰ੍ਹਾਂ, ਤੁਸੀਂ ਦੇਖਿਆ ਹੋਊਗਾ ਮੇਰੇ ਹਿਸਾਬ ਨਾਲ। ਇਹ ਅਸਲ ਗਿੱਧੇ ਵਾਲੇ ਕੁੜੀਆਂ ਦੇ, ਇਹਨਾਂ ਨੂੰ ਗਿੱਧੇ ਵਾਲੇ ਕੁੜੀ ਨੂੰ ਜ਼ਿਆਦਾ ਪਤਾ ਹੋਊਗਾ, ਚੰਦਰਮਾ ਲਾਈਕ ਸਟਰਕਚਰ ਹੁੰਦੀ ਹੈ, ਐਵੇਂ ਜੀ ਹੁੰਦੀ ਹੈ, ਠੀਕ ਹੈ। ਅਤੇ ਇਹ ਮੱਥੇ 'ਤੇ ਲੰਕ ਜੇ ਰਿਹਾ ਹੁੰਦਾ ਗਾ, ਉਹ ਉਹਨੂੰ ਕਹਿੰਦੇ ਚੰਦ ਬਿਨਾਂ, ਠੀਕ ਹੈ, ਮੂਨ ਸ਼ੇਪਡ ਪੈਡੈਂਟ। ਇਸ ਤੋਂ ਬਾਅਦ ਤਵੀਤ। ਤਵੀਤ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ, ਸਮਾਲ ਮੋਲਮੈਂਟ ਜਿਹੜੇ ਵੋਰਨ ਹੈੱਡ 'ਤੇ ਜਿਹੜੇ ਮਤਲਬ ਲੰਬਕ ਜਿਹਾ ਰਿਹਾ ਹੁੰਦਾ ਗਾ, ਉਹਨੂੰ ਕਹਿੰਦੇ ਹੁੰਦੇ ਤਵੀਤ ਨਾ। ਝੁੰਮਰ ਹੋ ਗਿਆ, ਝੁੰਮਰ ਵੀ ਇੱਕ ਤਰ੍ਹਾਂ ਦਾ ਸਿੰਪਲ ਹੈ, ਟੈਸਲ ਸ਼ੇਪਡ ਔਰਨਾਮੈਂਟ ਔਰਪੇਡੈਂਟ, ਠੀਕ ਆ। ਅੱਛਾ, ਗੁੱਚੀ ਮਾਰਵੇਡ, ਗੁੱਚੀ ਮਾਰਵੇਡ ਵੀ ਇਹ ਵੀ ਹੈ, ਕਲਸਟਰ ਆਫ ਪਰਲ ਵੀ ਇੱਕ ਤਰ੍ਹਾਂ ਦਾ ਔਰਨਾਮੈਂਟ, ਠੀਕ ਹੈ। ਬਿੰਦੀ, ਬਿੰਦੀ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੋਊਗਾ, ਸਮਾਲ ਟੈਂਸਲ ਫੋਰ ਹੈੱਡ ਔਰਨਾਮੈਂਟ ਹੋ ਗਿਆ, ਠੀਕ ਹੈ। ਬਰਵੱਟਾ ਜਿਹੜਾ ਕਿ ਪੇਪਰ ਦੇ ਵਿੱਚ ਆਇਆ ਵੀ ਸੀਗਾ, ਠੀਕ ਹੈ। ਟੈਂਸਲ ਸਟਾਰ ਜਿਹੜਾ ਕਿ ਆਈਬ੍ਰੋ ਦੇ ਉੱਤੇ, ਜਦੋਂ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਆਈਬ੍ਰੋ ਦੇ ਉੱਤੇ ਜਦੋਂ ਇੱਕ ਵਿਆਹੀ ਕੁੜੀ ਦੀ ਉਹ ਲੱਗ ਗਿਆ ਹੁੰਦਾ, ਗਿੱਧੇ ਵਾਲੇ ਕੁੜੀ ਦੇ ਵਿੱਚ ਕਹਿ ਸਕਦੇ ਹੋ, ਹੈ ਨਾ, ਉਹਨੂੰ ਕਹਿੰਦੇ ਆ ਬਰਵੱਟੇ, ਠੀਕ ਹੈ। ਤਾਂ ਇਹ ਮੇਰੇ ਹਿਸਾਬ ਨਾਲ ਤੁਹਾਨੂੰ ਲੱਗਿਆ ਹੋ ਪਤਾ। ਇਸ ਤੋਂ ਬਾਅਦ ਈਅਰ ਔਰਨਾਮੈਂਟਸ ਮੈਨਸ ਵਾਸਤੇ ਜਿਹੜਾ ਹੈਗਾ ਗਾ, ਮੈਨ ਬਾਲਾ, ਬਾਲਾ ਇੱਕ ਬਾਲੀਆਂ ਹੁੰਦੀਆਂ ਨਾ, ਬਾਲਾ ਬੋਲਦੇ ਜਿਹੜਾ, ਯਾਨੀ ਕਿ ਐਂ ਕਹਿ ਸਕਦੇ ਵੀ ਲਾਰਜ ਲੌਂਗ ਹੁੰਦੀਆਂ ਜਿਹੜੀਆਂ, ਕਹਿ ਸਕਦੇ ਤੁਸੀਂ ਵੱਡੀਆਂ ਹੁੰਦੀਆਂ, ਬਾਲਾ ਕਹਿ ਦਿੰਦੇ ਉਹਨੂੰ, ਠੀਕ ਹੈ। ਬਾਲਾ ਪਾਈਆਂ ਹੋਈਆਂ, ਜਿਵੇਂ ਕਿ ਤੁਸੀਂ, ਮੈਂ ਦੱਸਦਾ ਤੁਹਾਨੂੰ, ਵੈਰੀ ਲਾਰਜ, ਪਹਿਲਾਂ ਪੜ੍ਹ ਲਓ ਇਹਨੂੰ, ਵੈਰੀ ਲਾਰਜ ਲੌਂਗ, ਵੈਰੀ ਲਾਰਜ ਰਿੰਗ ਵੋਰਨ ਬਾਈ ਖੱਤਰੀ ਸਿੱਖ ਡੋਗਰਜ, ਜਿਹੜੇ ਡੋਗਰਜ ਹੁੰਦੇ ਆ, ਦੇ ਹੈਵ ਏ ਪਰਲ ਸਟਰੰਗ ਔਨ ਦਾ ਗੋਲਡ ਵਾਇਰ ਆਫ ਵਿੱਚ ਵੀ ਦੇ ਆਰ ਮੇਡ। ਗੁੱਗੂ ਗਿੱਲ ਆ ਆਪਣੇ ਜੋਗਰਾਜ ਸਿੰਘ, ਇਹਨਾਂ ਦੀ ਤੁਸੀਂ ਫਿਲਮਾਂ ਦੇਖਦੇ ਹੋ ਕਿ ਵੱਡੇ ਵੱਡੇ ਵਾਲੇ ਪਾਏ ਹੁੰਦੇ ਸੀ ਪਹਿਲਾਂ, ਜਾਂ ਜਿਵੇਂ ਤੁਸੀਂ ਰਾਜਸਥਾਨ ਦੇ ਜਿਹੜੇ ਬਜ਼ੁਰਗ ਤੁਸੀਂ ਦੇਖੋ, ਉਹਨਾਂ ਦੇ ਵੱਡੇ ਵੱਡੇ ਵਾਲੇ ਪਾਏ ਹੁੰਦੇ ਆ, ਤਾਂ ਉਹਨੂੰ ਕਹਿੰਦੇ ਵਾਲਾ, ਠੀਕ ਹੈ, ਜਿਹੜਾ ਕਿ ਇਹ ਕੰਨਾਂ 'ਚ ਵਰਤਿਆ ਜਾਂਦਾ, ਠੀਕ ਹੈ। ਇਸ ਤੋਂ ਬਾਅਦ ਮੁਰਕੀ। ਮੁਰਕੀ ਛੋਟੀਆਂ ਹੋ ਜਾਂਦੀਆਂ, ਇਹ ਵੀ ਬਾਲਾ ਟਾਈਪ ਹੁੰਦੀਆਂ, ਮੁਰਕੀ ਛੋਟੀਆਂ ਹੋ ਜਾਂਦੀਆਂ, ਨਿੱਕੇ ਨਿੱਕੇ ਮੁਰਕੀਆਂ ਹੀ ਪੈ ਜਾਂਦੀਆਂ, ਤਾਂ ਅੱਜ ਕੱਲ੍ਹ ਮੁੰਡਿਆਂ ਨੇ ਫੈਸ਼ਨ ਬਣਾਇਆ ਪਿਆ ਉਹ ਵੀ ਆ, ਠੀਕ ਹੈ, ਅੱਜ ਕੱਲ੍ਹ ਵੀ ਪੈ ਜਾਂਦੀਆਂ ਹੈ, ਸਮਾਲ ਈਅਰਿੰਗਸ ਆਫ ਦਾ ਸੇਮ ਸ਼ੇਪ, ਠੀਕ ਹੈ। ਦੁਰ ਹੋ ਗਿਆ, ਦੁਰ ਜਿਹੜਾ ਦੁਰ ਕਹਿੰਦੇ ਉਹਨੂੰ, ਦੁਰ ਇਹ ਸਮਾਲ ਈਅਰਿੰਗਸ, ਇਹ ਵੀ ਇੱਕ ਤਰ੍ਹਾਂ ਦਾ ਇਹ ਹੁੰਦਾ, 3 ਸਟੱਡਸ, ਸਟੱਡ ਮਤਲਬ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਡਿਜ਼ਾਈਨਦਾਰ ਜੇ ਬਣੇ ਹੁੰਦੇ ਆ ਇੱਕ ਤਰ੍ਹਾਂ ਦੇ, ਜਿਵੇਂ ਐਵੇਂ ਜਿਵੇਂ ਮੈਂ ਦੱਸ ਦਿੰਦਾ, ਇੱਕ ਮਿੰਟ ਹਾਂ, ਇਹ ਬਣੀ ਹੁੰਦੀ ਹੈਗੀ ਜਿਵੇਂ ਕਿ ਮਤਲਬ ਆਹੀ ਹੈ, ਗੋਲ ਤਰ੍ਹਾਂ ਦੀ ਇੱਕ ਤਰ੍ਹਾਂ, ਤੁਸੀਂ ਐਂ ਕਹਿ ਸਕਦੇ ਸਟੱਡ ਦਾ ਮਤਲਬ ਇੱਥੇ 3 ਤਰ੍ਹਾਂ ਦੇ ਐਵੇਂ ਜਿਹੇ ਮੁਰਕੇ ਜਿਹੇ ਬਣੇ ਹੁੰਦੇ ਆ, ਠੀਕ ਹੈ, ਐਵੇਂ ਲਾਈਕ ਸਟਰਕਚਰ ਹੁੰਦੀ ਹੈਗੀ, ਠੀਕ ਹੈ। ਤਾਂ ਇਹ ਹੁੰਦੀ ਹੈ। ਉਸ ਤੋਂ ਬਾਅਦ ਕੁਛ ਬੀਰਬਲੀ, ਬੀਰਬਲੀ ਇਹ ਬਰੋਡ ਈਅਰਿੰਗ ਵਿਦ 3 ਸਟੱਡਸ, ਠੀਕ ਹੈ, ਇਹ ਵੀ ਤਰ੍ਹਾਂ ਦਾ ਹੁੰਦਾ ਇੱਕ ਬੀਰਬਲੀ, ਠੀਕ ਹੈ। ਇਸ ਤੋਂ ਬਾਅਦ ਦੁਰੀਚਾ, ਦੁਰੀਚਾ ਐਨ ਐਨ ਈਅਰ ਰਿੰਗ ਵਿਦ ਪੈਡੈਂਟ ਟੈਸਲ,
ਵੂਮੈਨਸ ਬਾਰੇ ਗੱਲ ਕਰੀ ਜਾਵੇ ਤਾਂ ਬਾਲੀ ਹੋ ਗਈਆਂ, ਬਾਲੀਆਂ ਹੋ ਗਈਆਂ, ਠੀਕ ਆ, ਇਹਨੂੰ ਗੁਸ਼ਵਰਾ ਵੀ ਕਹਿੰਦੇ, ਗੁਸ਼ਾਵਰਾ, ਗੁਸ਼ਵਰਾ, ਠੀਕ ਹੈ, ਅਤੇ ਬਾਲੀਆਂ ਹੋ ਗਈਆਂ, ਇਹ ਸੈੱਟ ਆਫ ਰਿੰਗਸ ਬੋਰਨ ਔਨ ਦ ਐਜ ਆਫ ਦ ਈਅਰ, ਸਾਰਿਆਂ ਨੂੰ ਪਤਾ ਹੀ ਹੋਊਗਾ, ਠੀਕ ਆ. ਬਾਲੀ ਬਦੌਰੀ ਕਹਿੰਦੇ, ਬਹਾਦਰੀ ਪਤਾ ਨਹੀਂ ਇਹਨੂੰ ਪ੍ਰੋਨਾਸੀਏਸ਼ਨ ਕਿਵੇਂ ਕਰਦੇ ਆ ਜੀ. ਇਟ ਹੈਜ਼ ਏ ਲਾਰਜ ਪੁਆਇੰਟਡ ਸਟੱਡ ਇਨ ਦਾ ਸੈਂਟਰ, ਠੀਕ ਆ. ਆਪਦੇ ਘਰ ਬਜ਼ੁਰਗ ਹੋਣਗੇ ਤੁਹਾਨੂੰ, ਠੀਕ ਆ, ਦਾਦੀ ਨਾਨੀ ਜਾਂ ਕੋਈ ਵੀ ਬਜ਼ੁਰਗ ਆ, ਉਹਨਾਂ ਤੋਂ ਵੀ ਪੁੱਛ ਲਿਆ ਕਰੋ, ਉਹਨਾਂ ਨੂੰ ਵੀ ਪਤਾ ਹੋਊਗਾ ਇਹਨਾਂ ਬਾਰੇ, ਠੀਕ ਹੈ. ਤਾਂ ਉਸ ਤੋਂ ਬਾਅਦ ਆ ਗਿਆ ਕੰਨ ਫੁੱਲ, ਕੰਨ ਫੁੱਲ ਇਹ ਕੰਨ ਤੋਂ ਹੀ ਚਲੋ ਬਣਿਆਗਾ, ਠੀਕ ਹੈ. ਡੀਡੂ ਝੁਮਕਾ, ਝੁਮਕਾ ਜਿਹੜੇ ਝੁਮਕੇ ਇਹਨਾਂ ਨੂੰ ਕਹਿੰਦੇ ਆ, ਠੀਕ ਆ. ਤਾਂ ਇਹ ਸਾਰੀਆਂ ਫੋਰਮਸ ਆ ਜਿਹੜੀਆਂ ਕਿ ਇਹ ਮਤਲਬ ਈਅਰ ਜਿਹੜੇ ਵੂਮੈਨਸ ਯਾਨੀ ਕਿ ਔਰਨਾਮੈਂਟ ਯੂਜ਼ ਕਰਦੇ ਆ, ਠੀਕ ਹੈ. ਪਿੱਪਲ ਵੱਟਾ, ਪਿੱਪਲ ਵੱਟਾ ਸਾਰਿਆਂ ਨੂੰ ਪਤਾ ਹੋਊਗਾ, ਕਾਫੀ ਮਸ਼ਹੂਰ ਹੈ. ਪਿੱਪਲ ਪੱਤਾ ਯਾਨੀ ਕਿ ਇਹਦੇ ਵਿੱਚ ਪਿੱਪਲ ਦੀਆਂ ਪੱਤੀਆਂ ਵਾਂਗੂ ਬਣਿਆ ਹੁੰਦਾ ਹੈਗਾ ਕੰਨਾਂ 'ਤੇ, ਜਿਹੜੀ ਪਿੱਪਲ ਦੀਆਂ ਪੱਤੀਆਂ ਵਾਂਗੂ, ਉਹਦੇ ਵਿੱਚ ਲਾਈਕ ਜਿਵੇਂ ਆਪਣੀ ਕਹਿ ਸਕਦੇ ਹੋ ਤੁਸੀਂ, ਜਿਵੇਂ ਮੁੰਡੇ ਮੁਰਕੀਆਂ ਪਾਉਂਦੇ ਹਨ, ਉਸੇ ਤਰ੍ਹਾਂ ਦੀ ਇੱਕ ਲਾਈਕ ਸਟਰਕਚਰ ਹੁੰਦੀ ਹੈ. ਉਹਦੇ ਵਿੱਚ ਗੋਲਡ ਪਿੱਪਲ ਦੀਆਂ ਪੱਤੀਆਂ ਜਿਹੀਆਂ ਬਣੀਆਂ ਹੁੰਦੀਆਂ, ਠੀਕ ਹੈ. ਤਾਂ ਲਾਈਕ ਏ ਮੁਰਗੀ, ਮੁਰਗੀ ਮੁਰਗੀ ਕਹਿ ਗਿਆ ਸੀ ਮੈਂ, ਚਲੋ ਸੋਰੀ, ਲਾਈਕ ਏ ਮੁਰਗੀ ਬਟ ਹੈਜ਼ ਏ ਡਰੋਪ ਔਰ ਪੈਡੈਂਟ ਟੂ ਇਟ ਐਂਡਿੰਗ ਇਨ ਫ੍ਰਿੰਜ ਆਫ ਲਿਟਲ ਗੋਲਡ ਪਿੱਪਲ ਲੀਵਸ ਦਾ, ਠੀਕ ਹੈ. ਪਿੱਪਲ ਦੀਆਂ ਪੱਤੀਆਂ ਵਾਂਗੂ ਬਣਿਆ ਹੁੰਦਾ ਹੈਗਾ. ਪਿੱਪਲ ਪੱਤੀ ਵੀ ਕਹਿੰਦੇ ਉਹਨੂੰ, ਪਿੱਪਲ ਪੱਤਾ ਵੀ ਕਹਿ ਸਕਦੇ ਹੋ, ਪਿੱਪਲ ਪੱਤੀਆਂ ਕਹਿੰਦੇ ਵੈਸੇ ਇਹਨੂੰ, ਠੀਕ ਹੈ. ਉਸ ਤੋਂ ਬਾਅਦ ਕੰਟਲਾ, ਕੰਟਲਾ ਕੀ ਹੈ, ਸਿਮਿਲਰ ਔਰਨਾਮੈਂਟ ਲਾਈਕ ਪਿੱਪਲ ਵੱਟਾ, ਪਿੱਪਲ ਵੱਟਾ ਦੁਆਰਾ ਇਹਦੇ ਲਾਈਕ ਸਟਰਕਚਰ ਹੀ ਹੁੰਦੀ ਹੈ, ਠੀਕ ਹੈ. ਬਟ ਦਿਸ ਹੈਜ਼ ਏ ਸਟੱਡ ਬਿਸਾਈਡ ਦਾ ਪੇਡੈਂਟ, ਯਾਨੀ ਕਿ ਕਹਿ ਸਕਦੇ ਹੋ ਤੁਸੀਂ ਵੀ ਇਹਦੇ ਲਾਈਕ ਸਟਰਕਚਰ ਜਿਹੜੀ ਡੈਕੋਰੇਸ਼ਨ ਕੀਤੀ ਹੁੰਦੀ ਹੈ ਇਹ ਤੋਂ ਇਲਾਵਾ, ਪੇਡੈਂਟ ਤੋਂ ਇਲਾਵਾ, ਠੀਕ ਹੈ. ਜਵੈਲਰੀ ਤੋਂ ਇਲਾਵਾ ਸਟਰਕਚਰ ਲਾਈਕ ਯਾਨੀ ਕਿ ਜਿਹੜੀ ਤੁਸੀਂ ਕਹਿ ਸਕਦੇ ਹੋ ਵੀ ਜਿਵੇਂ ਡੈਕੋਰੇਸ਼ਨ ਵਾਸਤੇ, ਯਾਨੀ ਕਿ ਸਟੱਡ ਕੀ ਹੁੰਦਾ, ਡੈਕੋਰੇਟ ਹੁੰਦਾ, ਡੈਕੋਰੇਟ ਕਰਨਾ ਕਿਸੇ ਜਵੈਲਰੀ ਨਾਲ, ਹੈ ਨਾ. ਤਾਂ ਉਹ ਲਾਈਕ ਸਟਰਕਚਰ ਹੁੰਦੀ ਹੈ, ਜਿਵੇਂ ਕਿ ਕੋਰਨ ਜਿਹੜੇ ਤੁਸੀਂ ਦਾਣੇ ਜੇ ਦੇਖੇ ਹੋਵੋਗੇ, ਮਾਲਾ ਜੀ ਬਣ ਜਾਂਦੀ ਦਾਣਿਆਂ ਦੀ, ਲਾਈਕ ਸਟਰਕਚਰ ਉਹਨੂੰ ਵੀ ਆਪਾਂ ਸਟੱਡ ਲਾਈਕ ਸਟਰਕਚਰ ਹੀ ਕਹਿੰਦੇ, ਯਾਨੀ ਕਿ ਸਟੱਡ ਜਿਹੜਾ ਉਹ ਡੈਕੋਰੇਟ ਵਗੈਰਾ ਕੀਤਾ ਜਾਂਦਾ, ਠੀਕ ਹੈ. ਇਸ ਤੋਂ ਬਾਅਦ ਗੱਲ ਕਰੀ ਜਾਵੇ ਬਾਲਾ ਖੁੰਗਰੀ. ਬਾਲਾ ਖੁੰਗਰੀ ਇਹ ਹੈਵੀ ਫ੍ਰਿੰਜਡ ਏਅਰਿੰਗ, ਇਹ ਵੀ ਇੱਕ ਤਰ੍ਹਾਂ ਦਾ ਕੰਨਾਂ ਦੇ ਵਿੱਚ ਏਅਰਿੰਗ ਹੀ ਹੈ, ਠੀਕ ਹੈ. ਬਾਲਾ ਕਟੋਰੀ ਵਾਲਾ ਇਹ ਵੀ ਇੱਕ ਤਰ੍ਹਾਂ ਦਾ ਏਅਰਿੰਗ ਹੀ ਹੋ ਗਿਆ, ਠੀਕ ਹੈ. ਬਾਊਲ ਲਾਈਕ ਸਟਰਕਚਰ ਹੁੰਦੀ ਹੈਗੀ ਇਹਦੀ, ਬਾਊਲ ਲਾਈਕ ਸਟਰਕਚਰ, ਠੀਕ ਹੈ. ਬਾਕੀ ਤੁਹਾਨੂੰ ਇਹ ਤਾਂ ਪੁੱਛਿਆ ਨਹੀਂ ਜਾਣਾ ਵੀ ਕਿਹੋ ਜਿਹੀ ਸਟਰਕਚਰ ਹੁੰਦੀ ਹੈਗੀ, ਤੁਹਾਨੂੰ ਤਾਂ ਆਪਸ਼ਨ ਹੀ ਆਉਣਾ ਤੁਸੀਂ ਬਸ. ਹਾਂ ਮੈਂ ਡਿਟੇਲ ਥੋੜ੍ਹੀ ਜਿਹੀ ਤਾਂ ਦੱਸੀ ਆ ਕਿ ਜਦੋਂ ਦਿਮਾਗ ਦੇ ਵਿੱਚ ਪਿਕਚਰਾਈਜ਼ ਹੋ ਜਾਂਦਾ ਨਾ ਤਾਂ ਉਹ ਯਾਦ ਕਰਨਾ ਸੌਖਾ ਹੋ ਜਾਂਦਾ, ਠੀਕ ਹੈ. ਉਸ ਤੋਂ ਬਾਅਦ ਖਲੀ ਆ ਗਿਆ, ਖਲੀ ਸਮਾਲ ਏਅਰਿੰਗ, ਇਹ ਵੀ ਇੱਕ ਤਰ੍ਹਾਂ ਦਾ ਹੁੰਦਾ, ਠੀਕ ਹੈ. ਜਲੀਲ, ਜਿਵੇਂ ਹੁਣ ਮੈਂ ਜਲੀਲ ਹੋਈ ਆ ਨਾ, ਮੈਨੂੰ ਬੋਲਣਾ ਨਹੀਂ ਆ ਰਿਹਾ, ਠੀਕ ਹੈ. ਕਿਉਂਕਿ ਆਪਣੀ 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 ਪੀੜ੍ਹੀ ਨਵੀਂ ਹੈ ਹੁਣ, ਠੀਕ ਹੈ ਨਾ. ਇਹ ਆਪਣਾ ਵੀ ਕਸੂਰ ਨਹੀਂ ਹੈਗਾ, ਬਾਕੀ ਕਸੂਰ ਹੈਗਾ ਵੀ ਆ, ਮੈਂ ਆਪਦਾ ਕਸੂਰ ਵੀ ਆਪਣੇ ਮਾਹੌਲ ਦਾ ਕਸੂਰ ਮੰਨਦਾ ਗਾ, ਕਿਉਂਕਿ ਆਪਾਂ ਇਹ ਚੀਜ਼ਾਂ ਅਲੋਪ ਹੋ ਗਈਆਂ, ਆਪਾਂ ਨੂੰ ਆਪਾਂ ਅਲੋਪ ਹੁਣ ਇਹਨਾਂ ਨੂੰ ਦੇ ਰਹੇ ਹਾਂ. ਬਟ ਮੈਂ ਫਿਰ ਵੀ ਜਿੰਨੀ ਮੈਂ ਇਹਨੂੰ ਸਰਚ ਕੀਤਾ ਜਾਂ ਜਿੰਨਾ ਮੈਂ ਆਪਦੇ ਮੇਰੀ ਦਾਦੀ ਵੀ ਹੈਗੀ ਮੈਂ ਪੁੱਛਿਆ ਹੈਗਾ, ਪਰ ਜਿੰਨਾ ਮੈਨੂੰ ਪਤਾ ਲੱਗਿਆ ਉਹਨਾਂ ਨੂੰ ਵੀ, ਠੀਕ ਹੈ ਨਾ, ਕਿਉਂਕਿ ਬਹੁਤ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਿ ਅਲੋਪ ਹੋ ਗਈਆਂ, ਠੀਕ ਆ. ਤਾਂ ਤੁਸੀਂ ਆਪਦੇ ਬਜ਼ੁਰਗਾਂ ਨੂੰ ਪੁੱਛੋ, ਠੀਕ ਹੈ. ਜੇ ਪ੍ਰੋਨਾਸੀਏਸ਼ਨ ਮੇਰੇ ਤੋਂ ਗਲਤ ਹੋਈ ਵੀ ਆ, ਤੁਸੀਂ ਪੰਜਾਬੀ 'ਚ ਉਹਨੂੰ ਲਿਖੇ ਕਮੈਂਟ ਦੇ ਵਿੱਚ ਦੱਸੋ, ਠੀਕ ਆ. ਆਪਾਂ ਉਹਨੂੰ ਸੁਧਾਰਨਾ ਚਾਹੀਦਾ, ਸਿੱਖਦੇ ਰਹਿਣਾ ਚਾਹੀਦਾ, ਠੀਕ ਆ. ਜੇ ਹੁਣ ਇਹ 'ਚ ਸ਼ਰਮ ਆਉਣ ਲੱਗ ਗਿਆ ਵੀ ਮੈਨੂੰ ਨਹੀਂ ਆਉਂਦਾ, ਠੀਕ ਆ, ਤਾਂ ਫਿਰ ਸੰਗ ਯਾਨੀ ਕਿ, ਠੀਕ ਆ, ਸੰਗ ਨਾਲ ਤਾਂ ਚਾਹੀਦਾ ਹੀ ਨਹੀਂ, ਠੀਕ ਆ. ਸਾਰੀ ਜ਼ਿੰਦਗੀ ਸਿੱਖਦੇ ਰਹੋਗੇ, ਜੇ ਤੁਸੀਂ 70 ਸਾਲ ਦੇ ਹੋਵੋਗੇ ਤਾਂ ਵੀ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ, ਠੀਕ ਆ. ਕੋਈ 100% ਨਹੀਂ ਹੋ ਸਕਦਾ. ਤਾਂ ਆਪਦੇ ਬਜ਼ੁਰਗਾਂ ਤੋਂ ਪੁੱਛੋ, ਠੀਕ ਆ. ਜਦੋਂ ਤੁਸੀਂ ਗੱਲਾਂ ਬਾਤਾਂ ਕਰੋਗੇ ਕਿਸੇ ਨਾਲ ਨਾ, ਫਿਰ ਤੁਹਾਨੂੰ ਇਹ ਯਾਦ ਚੀਜ਼ਾਂ ਰਹਿਣਗੀਆਂ. ਅਤੇ ਬਾਕੀ ਇਹ ਚੀਜ਼ਾਂ ਪੇਪਰ ਵਾਸਤੇ ਨਹੀਂ ਹੁੰਦੀਆਂ, ਇਹ ਯਾਨੀ ਕਿ ਤੁਸੀਂ ਨੌਲੇਜ ਹੈ, ਇੱਕ ਨੌਲੇਜ ਲੈਣੀ ਸਿੱਖੋ, ਠੀਕ ਆ. ਨੌਲੇਜ ਨਾਲ ਪਿਆਰ ਕਰਨਾ ਸਿੱਖੋ, ਪੇਪਰ ਪੂਪਰ ਤਾਂ ਆਪੇ ਨਿਕਲ ਜਾਣਗੇ. ਜਲੀਲ ਹੋ ਗਿਆ, ਉਸ ਤੋਂ ਬਾਅਦ ਜਲੀਲ ਤਾਂ ਨਹੀਂ ਕਹਿੰਦੇ ਉਹਨੂੰ, ਵੈਸੇ ਜਾਲੇਲ ਵਗੈਰਾ ਕਹਿੰਦੇ ਹੋਣਗੇ. ਇਹ ਸਮਾਲ ਏਅਰਿੰਗ ਵਿਦ ਇਹ ਸਮਾਲ ਜਵੈਲਡ ਸੈਂਟਰਲ ਸਟੱਡ ਹੋ ਗਿਆ. ਫੁੰਮਣੀ, ਫੁੰਮਣੀ ਤਾਂ ਚਲੋ ਇਹ ਕਾਫੀ ਲੋਕ ਪ੍ਰਚਲਿਤ ਆ ਹੁਣ ਵੀ, ਠੀਕ ਹੈ. ਸਿਲਕ ਐਂਡ ਟੈਂਸਲ ਟੈਸਲ ਜਾਂ ਫੁੰਮਣੀ ਵਗੈਰਾ ਇਹ ਜਿਹੜੀਆਂ ਕੰਨਾਂ ਦੇ ਵਿੱਚ ਯਾਨੀ ਕਿ ਤੁਸੀਂ ਕਹਿ ਸਕਦੇ ਹੋ, ਠੀਕ ਹੈ. ਤੀੜ ਪਤੰਗ, ਤੀੜ ਪਤੰਗ ਵੀ ਮੈਂ ਕਾਫੀ ਵਾਰੀ ਸੁਣਿਆ, ਤੀੜ ਪਤੰਗ, ਠੀਕ ਹੈ. ਕ੍ਰੀਸੈਂਟ ਸ਼ੇਪਡ ਜਵੈਲਡ ਪੇਡੈਂਟ ਹੁੰਦਾ ਅਲੋਂਗ ਦਾ ਲੋਅਰ ਐਜ ਆਫ ਦੀ ਕ੍ਰੀਸੈਂਟ ਹੈਂਗਸ, ਇਹ ਲਮਕਦੀਆਂ ਹੀ ਹੁੰਦੀਆਂ, ਠੀਕ ਹੈ. ਜਿਵੇਂ ਮੈਂ ਤੁਹਾਨੂੰ ਦੱਸ ਦੇਣਾ ਵੀ ਜਿਵੇਂ ਆਹ ਕੰਨ ਹੈ ਇੱਥੇ ਐਵੇਂ ਜਿਹੇ ਲਮਕੀ ਜਾਂਦੇ ਹੁੰਦੇ, ਹੈ ਨਾ, ਉਹਨੂੰ ਕਹਿੰਦੇ ਤੀੜ ਪਤੰਗ ਵਗੈਰਾ ਕਹਿ ਦਿੰਦੇ, ਹੈ ਨਾ. ਤੰਦੂਰ ਵਾ ਡੇਡੀ, ਇਹ ਹਿਊਜ ਸਟਾਰ ਸ਼ੇਪਡ ਲਾਈਕ ਸਟਰਕਚਰ ਕਹਿ ਸਕਦੇ ਹੋ ਤੁਸੀਂ ਇੱਥੇ, ਠੀਕ ਹੈ. ਮੋਰ ਫੁੰਬਰ ਆ ਜਾਂਦੇ, ਠੀਕ ਹੈ. ਅਤੇ ਮੋਰਨੀ ਵਗੈਰਾ ਪਾਉਂਦੇ ਹੋਣਗੇ ਹੋਰ, ਜਿਵੇਂ ਹਾਂ ਉਹੀ ਹੈ, ਪੀਕੌਕ ਆ ਗਿਆ, ਹੈ ਨਾ. ਮੋਰਨੀ ਵਗੈਰਾ ਸ਼ੇਪ ਜਿਹੜੀ ਕਿ ਕਹਿ ਸਕਦੇ ਹੋ, ਠੀਕ ਹੈ. ਨਥਨੀ ਦੇ ਵਿੱਚ ਵੀ, ਨੱਕ ਦੇ ਵਿੱਚ ਵੀ ਜਿਹੜੀ ਨਥਨੀ ਜੀ ਹੁੰਦੀ ਉਹਦੇ ਵਿੱਚ ਵੀ ਮੋਰਨ ਵਗੈਰਾ ਛਪਾ ਲੈਂਦੇ ਹੁੰਦੇ, ਠੀਕ ਹੈ. ਅਤੇ ਮੋਰ ਫੁੰਬਰ ਕਹਿ ਸਕਦੇ ਹੋ, ਠੀਕ ਹੈ. ਮੱਛ ਮਛਲੀਆਂ ਵੀ, ਇਹ ਸਮਾਲ ਗੋਲਡ ਫਿਗਰ ਲਾਈਕ ਫਿਸ਼, ਠੀਕ ਹੈ. ਫਿਸ਼ ਦੀ ਤਰ੍ਹਾਂ ਹੁੰਦੀਆਂ ਗਏ, ਠੀਕ ਹੈ. ਅਤੇ ਕਾਫੀ ਤਰ੍ਹਾਂ ਦੇ ਇਹ ਜਿਹੜੇ ਸੀਗੇ ਅਲੋਪ ਹੋ ਗਏ. ਚਲੋ ਹੁਣ ਆ ਗਏ ਨੋਜ਼ ਓਰਨਾਮੈਂਟਸ. ਨੋਜ਼ ਓਰਨਾਮੈਂਟਸ ਵੀ ਇਹਨਾਂ ਨੱਕ ਹੋ ਗਏ, ਠੀਕ ਹੈ. ਤੁਹਾਡਾ ਵੂਮੈਨਸ ਵਾਸਤੇ ਆ, ਵੂਮੈਨਸ ਜ਼ਿਆਦਾਤਰ ਜਿਹੜੇ ਓਰਨਾਮੈਂਟਸ ਉਹ ਵੂਮੈਨਸ ਵਾਸਤੇ ਵਰਤੇ ਜਾਂਦੇ ਆ, ਠੀਕ ਹੈ ਨਾ. ਮੈਨ ਤਾਂ ਵਿਚਾਰੇ ਬਸ ਉਹਨਾਂ ਕੋਲ 2-3 ਪੈਂਟਾਂ ਹੁੰਦੀਆਂ, ਸ਼ਲਟਾਂ ਹੁੰਦੀਆਂ, ਮੁੜ ਕੇ ਕੁੜਤਾ ਪਜਾਮਾ ਹੁੰਦਾ, ਹੋਰ ਮੇਰੇ ਹਿਸਾਬ ਨਾਲ ਇੰਨਾ
ਠੀਕ ਆ। ਉਸ ਤੋਂ ਬਾਅਦ ਆ ਗਿਆ ਬੁਲਕ। ਬੁਲਕ ਇਹ ਸਮਾਲ ਪੇਡੈਂਟ ਆਈਦਰ ਵੋਨ ਹੰਗ ਟੂ ਕਾਰਟੇਲਜ ਆਫ ਦਾ ਨੋਜ਼ ਔਰ ਅਲਸ ਸਟਰੰਗ ਟੂ ਏ ਨੱਥ, ਠੀਕ ਹੈ। ਇਹ ਵੀ ਨੱਥ ਲਾਈਕ ਸਟਰਕਚਰ ਜਾਂ ਨੱਥ ਦੇ ਮਤਲਬ ਨੱਥ ਹੀ ਹੁੰਦਾ ਇਹ ਵੀ ਤਰ੍ਹਾਂ ਦਾ। ਲਟਕਾਂ ਜਿਹੜੇ ਲਟਕਦੀਆਂ ਹੁੰਦੀਆਂ ਇਹ ਉਸੇ ਤੋਂ ਹੀ ਬਣਿਆ, ਲਟਕਣ ਵੀ ਕਹਿੰਦੇ ਲਟਕਾਂ ਜਿਹੜੀ ਹੈ ਨਾ, ਤੁਸੀਂ ਦੇਖਿਆ ਹੋਊਗਾ ਨੱਕ ਦੇ ਵਿੱਚ ਉਹ ਨੱਥਨੇ ਜੀ ਪਾਏ ਹੁੰਦੇ ਉਹ 'ਤੇ ਲਮਕੀ ਵੀ ਆਉਂਦੇ ਹੁੰਦੇ ਨਾਲ ਨਾਲ, ਹੈ ਨਾ, ਇੱਕ ਯਾਨੀ ਕਿ ਗੋਲ ਜਾਂ ਤੁਸੀਂ ਕਹਿ ਸਕਦੇ ਹੋ, ਹੈ ਨਾ। ਤਾਂ ਉਹ ਕਹਿੰਦਾ ਇਹ ਸੌਟ ਆਫ ਓਰਨਾਮੈਂਟ ਪੇਡੈਂਟਸ ਪੁੱਟ ਔਨ ਦਾ ਥਿਨ ਗੋਲਡ ਰਿੰਗਲ ਕਾਲਡ ਏ ਨੱਥ ਐਂਡ ਹੈਂਗਿੰਗ ਫਰੋਮ ਇਟ। ਇਸ ਤੋਂ ਬਾਅਦ ਲੌਂਗ ਆ ਗਿਆ ਵੇ, ਲੌਂਗ ਯਾਨੀ ਕਿ ਤੁਸੀਂ, ਮੈਂ ਹੁਣ ਗਾਣਾ ਗਾਉਣ ਲੱਗਿਆ ਸੀ, ਚਲੋ ਛੱਡੋ, ਲੌਂਗ, ਠੀਕ ਹੈ। ਤਾਂ ਮਾਈਆ ਮੈਂ ਲੌਂਗ ਵਾਈ ਹਾਂ, ਹਰਭਜਨ ਮਾਨ ਦੇ ਨਾਲ ਜਿਹੜਾ ਗਾਇਆ, ਹੈ ਨਾ, ਅਤੇ ਸ਼ਿਪਰਾ ਗੋਇਲ ਦਾ ਸ਼ਬਦ ਮੇਰੇ ਗਾਇਆ ਵਾ, ਠੀਕ ਹੈ। ਅਤੇ ਚਲੋ, ਇਹ ਸਮਾਲ ਸਟੱਡ ਲੈਟਨ ਟੂ ਦਾ ਫਲੈਸ਼ ਆਫ ਦਾ ਨੋਸਟਰਲ ਔਨ ਵਨ ਸਾਈਡ ਜਨਰਲੀ ਆਫ ਗੋਲਡ ਵਾਈ ਵਿਦ ਅ ਪਰਲ ਔਰ ਟਰਕਿਊਜ਼ ਔਨ ਇੱਟ। ਤਾਂ ਟਰਕਿਊਜ਼ ਵੀ ਉਹੀ ਲਾਈਕ ਸਟਰਕਚਰ ਹੁੰਦੀ ਹੈਗੀ, ਠੀਕ ਹੈ, ਲੌਂਗ ਲਾਈ, ਠੀਕ ਹੈ, ਉਹਨੂੰ ਕਹਿ ਸਕਦੇ ਇੰਗਲਿਸ਼ 'ਚ, ਅਤੇ ਲੌਂਗ, ਠੀਕ ਹੈ। ਅਤੇ ਬਾਕੀ ਅੱਜ ਕੱਲ੍ਹ ਮਸ਼ਹੂਰ ਹੋਇਆ ਵੇ ਮੈਂ ਲੌਂਗ ਵੇ ਮੈਂ ਲਾਚੀ, ਉਹ ਲੌਂਗ ਨਹੀਂ, ਉਹ ਕੁਝ ਹੋਰ ਕਹਿੰਦੀ ਆ, ਠੀਕ ਹੈ, ਲੌਂਗ ਲਾਚੀ, ਉਹ ਤਾਂ ਉਵੇਂ ਆ, ਠੀਕ ਹੈ, ਬਟ ਚਲੋ, ਠੀਕ ਹੈ। ਅਤੇ ਹੁਣ ਇਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਫੁਲੀ। ਫੁਲੀ ਇਜ਼ ਸਮੋਲਡਰਿੰਗ ਵਿਦ ਇਸ ਸਿੰਗਲ ਅਮਰਲਡ ਔਰ ਅਮਰਲਡ ਔਰ ਅਦਰ ਸਟੋਨ ਆਫ ਓਵਲ ਸ਼ੇਪ, ਯਾਨੀ ਕਿ ਅੰਡਾਕਾਰ ਕੋਈ ਸ਼ੇਪ ਹੋਊਗੀ, ਠੀਕ ਹੈ, ਅੰਡਾਕਾਰ ਸ਼ੇਪ, ਯਾਨੀ ਕਿ ਮੇਰੇ ਹਿਸਾਬ ਨਾਲ ਉਹ ਹੁੰਦਾ ਗਿਆ ਇਹ ਨੱਕ ਦੇ ਉੱਤੇ ਜਿਹੜਾ ਅੰਡ ਆਏ ਜਿਹੀ ਬਣਿਆ ਹੁੰਦਾ, ਤਾਂ ਜਿਹਨੂੰ ਬਾਹਰ ਜਿਹਨੂੰ, ਹੈ ਨਾ, ਅੰਡਾ ਲਾਈਕ ਸਟਰਕਚਰ ਜੀ ਹੁੰਦੀ ਹੈਗੀ। ਅੱਛਾ, ਬੋਹਰ ਇਹ ਡੈਂਗਲਿੰਗ ਪੇਡੈਂਟ ਆਫ ਗੋਲਡ ਪਿੱਪਲ ਲੀਵਸ, ਪਿੱਪਲ ਲੀਵਸ, ਠੀਕ ਆ। ਬਾਕੀ ਪ੍ਰੋਨਾਂਸੀਏਸ਼ਨ ਤੋਂ ਚਲੋ ਠੀਕ ਆ ਵੀ, ਜੇ ਤੁਹਾਨੂੰ ਵੀ ਨਹੀਂ ਪਤਾ ਲੱਗ ਰਿਹਾ ਹੈਗਾ, ਹੈ ਨਾ, ਬਾਕੀ ਇਹਨੂੰ ਤਿੰਨ ਚਾਰ ਵਾਰੀ ਜਦੋਂ ਦੇਖ ਜਾਓਗੇ ਨਾ, ਇਹਨਾਂ ਵਿੱਚੋਂ ਹੀ ਆਊਗਾ, ਕਿਉਂਕਿ ਮੈਂ ਵੀ ਇਹ ਕੋਈ ਆਏ ਤਾਂ ਹੈ ਨਹੀਂ ਵੀ ਮੈਂ ਕੋਈ ਆਪ ਇਹ ਬਣਾਏ ਆ, ਠੀਕ ਹੈ, ਮੈਂ ਵੀ ਇਹ ਕਿਤੇ ਨਾ ਕਿਤੋਂ ਮਤਲਬ ਰੀਡ ਹੀ ਕੀਤੇ ਆ, ਕਿਤੇ ਨਾ ਕਿਤੋਂ ਕਾਪੀ ਪੇਸਟ ਹੀ ਹੋਇਆ ਵਾ, ਠੀਕ ਹੈ। ਤਾਂ ਯਾਨੀ ਕਿ ਜਦੋਂ ਵੀ ਤੁਸੀਂ ਪੇਪਰ ਤੋਂ ਪੜੋਗੇ ਤਾਂ ਮੈਂ ਸਾਰੇ ਹੀ ਲਿਆ, ਮੈਂ ਛੱਡ ਵੀ ਸਕਦਾ ਸੀ ਜਿਹੜੇ ਮੈਨੂੰ ਪੜ੍ਹਨੇ ਨਹੀਂ ਆਉਂਦੇ, ਬਟ ਉਹ ਤੁਹਾਡੇ ਸਾਹਮਣੇ ਜਦੋਂ ਆ ਗਏ ਨਾ, ਉੱਥੇ ਆਪਾਂ ਨੂੰ ਪ੍ਰੋਨਾਂਸੀਏਸ਼ਨ ਨਹੀਂ, ਉੱਥੇ ਆਪਾਂ ਪੇਪਰ ਕੱਢਣਾ ਗਾ, ਜੇ ਤੁਸੀਂ ਪੇਪਰ ਨੌਕਰੀ ਲੈਣੀ ਆ ਤਾਂ ਉੱਥੇ ਜਦੋਂ ਆਪਸ਼ਨਾਂ ਦੇ ਵਿੱਚ ਆਊਗਾ ਤਾਂ ਤੁਸੀਂ ਕਰ ਦੋਗੇ, ਠੀਕ ਹੈ ਨਾ। ਤਾਂ ਛੱਡਿਆ ਨਾ ਕਰੋ, ਕਈ ਚੀਜ਼ਾਂ ਹੁੰਦੀਆਂ ਵੀ ਆਪਾਂ ਨੂੰ ਪੜ੍ਹਨੇ ਨਹੀਂ ਆਉਂਦੀਆਂ, ਔਖੀਆਂ ਹੁੰਦੀਆਂ, ਆਪਾਂ ਉਹਨੂੰ ਛੱਡ ਦੇਣ ਵਿੱਚ ਚੱਲ ਛੱਡ ਯਾਰ, ਪੇਪਰ ਦੇ ਵਿੱਚੋਂ ਆ ਜਾਂਦਾ ਹੁੰਦਾ, ਮੈਂ ਕੁਝ ਨਹੀਂ ਛੱਡਿਆ, ਠੀਕ ਆ, ਚਾਹੇ ਜਿਹੜਾ ਮੈਨੂੰ ਆਪ ਨੂੰ ਪੜ੍ਹਨਾ ਆ ਰਿਹਾ, ਚਾਹੇ ਮੈਨੂੰ ਨਹੀਂ ਵੀ ਆ ਰਿਹਾ, ਠੀਕ ਹੈ ਨਾ। ਮਤਲਬ ਕਹਿਣ ਦਾ ਮਤਲਬ ਆਪਾਂ ਉਹਨੂੰ ਪੇਪਰ ਕੱਢਣਾ ਤਾਂ ਆ ਸਕਦਾ, ਤਿੰਨ ਚਾਰ ਵਾਰ ਇਹਨੇ ਰੀਡ ਕਰ ਜਾਓਗੇ ਤੁਹਾਡਾ ਪੇਪਰ ਨਿਕਲ ਜਾਣਾ, ਗਰੰਟੀ ਹੈ। ਇੱਦੋਂ ਬਾਹਰ ਨਹੀਂ ਆਉਂਦਾ, ਅਤੇ ਜੇ ਇੱਦੋਂ ਬਾਹਰ ਆ ਗਿਆ ਫਿਰ ਸਾਰਿਆਂ ਵਾਸਤੇ ਬਾਹਰ ਆ, ਠੀਕ ਹੈ, ਫਿਰ ਉਹ ਮੇਰੇ ਵਾਸਤੇ ਵੀ ਬਾਹਰ ਆ, ਤੁਹਾਡੇ ਵਾਸਤੇ ਵੀ ਬਾਹਰ ਆ, ਸਾਰਿਆਂ ਵਾਸਤੇ ਬਾਹਰ। ਚਲੋ, ਖੈਰ, ਮੋਰਨੀ, ਠੀਕ ਹੈ, ਮੋਰਨੀ ਇਸ ਸਮਾਲ ਪੇਡੈਂਟ ਫੋਰ ਦਾ ਅਬਵ ਸ਼ੇਪਡ ਲਾਈਕ ਦਾ ਸਪਰੈਡ ਆਊਟ ਟੇਲ ਆਫ ਏ ਪੀਕੋਕ, ਠੀਕ ਹੈ। ਤਾਂ ਮੋਰਨੀ ਜਿਹੜੀਆਂ ਮੋਰਨੀਆਂ ਯਾਨੀ ਕਿ ਪੀਕੋਕ ਲਾਈਕ ਸਟਰਕਚਰ ਬਣਾਉਂਦੇ ਹੋਣਗੇ, ਠੀਕ ਹੈ, ਨੱਥ ਦੇ ਵਿੱਚ, ਨੱਥਨੀ ਦੇ ਵਿੱਚ ਬਣਦੀ ਹੈ, ਠੀਕ ਹੈ। ਚਲੋ, ਖੈਰ, ਥੈਂਕਸ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਮੈਨੂੰ ਲੱਗਦਾ ਵੀ ਤੁਹਾਨੂੰ ਵੀਡੀਓ ਕਾਫੀ ਇੰਟਰਸਟਿੰਗ ਲੱਗੀ ਹੋਊਗੀ, ਠੀਕ ਹੈ। ਤਾਂ ਆਪਾਂ ਹੋਰ ਪਾਰਟ 2 ਦੇ ਵਿੱਚ ਲੈ ਕੇ ਆਊਂਗਾ, ਪਾਰਟ 3 ਦੇ ਵਿੱਚ ਲੈ ਕੇ ਆਊਂਗਾ, ਠੀਕ ਹੈ, ਮੈਂ ਫਿਰ ਆਪਾਂ ਕਰਦੇ ਹਾਂ, ਠੀਕ ਹੈ। ਅਤੇ ਮੈਨੂੰ ਲੱਗਦਾ 3 ਦੇ ਵਿੱਚ ਹੀ ਕੰਪਲੀਟ ਹੋ ਜਾਊਗਾ, ਠੀਕ ਹੈ। ਅਤੇ ਜਿੰਨੀਆਂ ਵੀ ਸਟਰਕਚਰ ਜਿੰਨੀਆਂ ਵੀ ਓਰਨਾਮੈਂਟਸ ਆ ਤੁਸੀਂ ਯਾਦ ਕਰ ਜਾਣੀਗੇ, ਪੇਪਰਾਂ ਦੇ ਵਿੱਚ ਗਰੰਟੀ ਇਹਨਾਂ ਤੋਂ ਹੀ ਆਊਗਾ, ਠੀਕ ਹੈ। ਤਾਂ ਚਲੋ, ਥੈਂਕਸ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ।